फिर जावे ता जावे सादा सिक्की से दसदा जावे फिर जावे ता जावे सादा सिक्की से दसदा जावे जिस करके ओ तेरी याद चुमर नू गुजार सकन इसे प्रकार कहिंदे हन भैवन क्यों निरभउ सच पाई जिन गुरु साहब दा भय नहीं हाजर नाजर नहीं जानदा ਉਹਨਾਂ ਚ ਨਿਰਭਉ ਸੱਚੇ ਨੂੰ ਕਿਵੇਂ ਪਾ ਸਕਾਂਗੇ ਨਹੀਂ ਪਾਇਆ ਜਾਣਾ ਜਨ ਤਾਂ ਸਾਹ ਕੱਢ ਹੀ ਲਵੇਗਾ ਨਾ ਅਖੀਰ ਮਰੇ ਹੋਏ ਫੇਰ ਕੀ ਕਰੋਗੇ ਮ੍ਰਿਤੂ ਹੋ ਜਾਓਗੇ ਜਦੋਂ ਆਫਰਿਓ ਜਮ ਮਾਰਿਆ ਨਾ ਜਾਏ ਇਹ ਜਿਹੜਾ ਜਮ ਹੈ ਆਫਰਿਆ ਫਿਰਦਾ ਹੰਕਾਰੀ ਹੋਇਆ ਫਿਰਦਾ ਫੜਿਆ ਨੀ ਜਾਂਦਾ ਕਿਸੇ ਦੇ ਪਾਸੋਂ ਜਮ ਮਾਰਿਆ ਨੀ ਜਾ ਸਕਦਾ ਗੁਰ ਕਹਿ ਸਭ ਦੇ ਨੇੜ ਨਾ ਆਈ ਜੇ ਗੁਰ ਸ਼ਬਦ ਦੀ ਕਮਾਈ ਕੀਤੀ ਹੋਵੇ ਫੇਰ ਨੇੜੇ ਨੀ ਆ ਸਕਦਾ ਉਹਨਾਂ ਦੇ ਜੋ ਸ਼ਬਦ ਨੂੰ ਕਮਾਉਂਦੇ ਹਨ ਸਾਧ ਸੰਗਤ ਜੀ ਉਹਨਾਂ ਨੂੰ ਅੰਤ ਦੇ ਸਮੇਂ ਜਿਹੜੇ ਉਪਾਸ਼ਕ ਲੋਕ ਹੈ ਉਹਨਾਂ ਨੂੰ ਪੰਜਾਂ ਪਿਆਰਿਆਂ ਜਾਂ ਦਰਸ਼ਨ ਹੁੰਦੇ ਹੈ ਤੇ ਜਾਂ ਮਹਾਂਪੁਰਖਾਂ ਦੇ ਮਹਾਤਮਾ ਦੇ ਦਰਸ਼ਨ ਹੁੰਦੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਪਾਦੇ ਸਾਹਿਬ ਸੱਚਖੰਡ ਚ ਪਹੁੰਚ ਜਾਂਦੇ ਹਨ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਜਮ ਨੇੜੇ ਨਹੀਂ ਆ ਸਕਦੇ ਹੈ ਸ਼ਬਦ ਸੁਣੇ ਤਾਂ ਦੂਰ ਹੋ ਭੱਗ ਜਦੋਂ ਜਮ ਲੈਣ ਵਾਸਤੇ ਆਉਂਦਾ ਜੇ ਸ਼ਬਦ ਦਾ ਪ੍ਰਕਾਸ਼ ਅੰਦਰ ਜਪਿਆ ਹੋਵੇ ਪਹਿਲਾਂ ਤਾਂ ਹੀ ਉਦੋਂ ਅੰਦਰੋਂ ਸੁਣੂ ਨਾ ਸੋ ਸ਼ਬਦ ਨੂੰ ਸੁਣ ਕੇ ਦੂਰੋਂ ਹੀ ਜਮ ਭੱਜ ਜਾਂਦਾ ਹੈ ਮਤ ਮਾਰੇ ਹਰ ਜੀਉ ਬੇਪਰਵਾਹ ਇਹ ਹਰੀ ਅਕਾਲ ਪੁਰਖ ਵਾਹਿਗੁਰੂ ਬੇਪਰਵਾਹ ਹੈ ਮਤਾਂ ਉਹ ਸਾਨੂੰ ਮਾਰ ਦੇਵੇ ਇਸ ਪ੍ਰਕਾਰ ਸਾਧ ਸੰਗਤ ਜੀ ਜਮ ਭੈ ਕਰਦਾ ਉਹਨਾਂ ਦੇ ਪਾਸ ਆਉਣ ਤੋਂ ਹਰ ਜੀਉ ਕੀ ਹੈ ਸਭ ਸਿਰ ਕਾਰਾ ਇੱਕ ਜੈਮਲ ਸਿੰਘ ਨਾਮੇ ਪੰਜੋਖਰੇ ਦਾ ਸਿੰਘ ਸੀ ਉਸ ਨੇ ਅੰਮ੍ਰਿਤ ਪਾਨ ਕਰਕੇ ਮੂਲ ਮੰਤਰ ਦਾ ਪਾਠ ਕਰਦਾ ਸੀ ਗੁਰਮੰਤਰ ਦਾ ਉਹਦਾ ਸਰੀਰ ਇੰਨਾ ਬਿਮਾਰ ਹੋ ਗਿਆ ਉਸ ਵਕਤ ਉਹਨੂੰ ਇਹ ਪ੍ਰਤੀਤ ਹੋਇਆ ਕਿ ਮੈਂ ਹੁਣ ਪ੍ਰਲੋਕ ਨੂੰ ਚਲਿਆ ਜਾਣਾ ਹੈ ਜਿਸ ਵੇਲੇ ਪ੍ਰਤੀਤ ਹੋਇਆ ਪ੍ਰਲੋਕ ਨੂੰ ਚਲੇ ਜਾਣਾ ਹੈ ਉਹ ਕਹਿਣ ਲੱਗਾ ਮੈਂ ਅੰਤ ਦਾ ਸਮਾਂ ਜਾਣ ਕੇ ਮੂਲ ਮੰਤਰ ਦਾ ਪਾਠ ਕਰਨ ਲੱਗ ਗਿਆ ਤੇ ਮੈਨੂੰ ਦਿਸਿਆ ਕਿ ਮੈਨੂੰ ਜਮ ਲੈਣ ਵਾਸਤੇ ਆ ਗਏ ਹੈ ਜਦੋਂ ਮੇਰੇ ਕੋਲੇ ਆ ਕੇ ਖੜੇ ਦੂਆ ਕਹਿੰਦਾ ਇਹਨੂੰ ਫੜਦਾ ਕਿਉਂ ਨੀ ਕਹਿੰਦਾ ਇਹ ਪੜ੍ਹਨੋਂ ਨੀ ਹਟਦਾ ਤਾਂ ਨੀ ਮੈਂ ਫੜਦਾ ਇਸ ਵੇਲੇ ਮੈਨੂੰ ਭਰੋਸਾ ਆ ਗਿਆ ਕਹਿੰਦੇ ਵੀ ਇਹਨਾਂ ਜਮਾਂ ਤੋਂ ਵੀ ਛਡਾਉਣ ਵਾਲੀ ਬਾਣੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਕਈ ਆਦਮੀ ਪਵਾਰ ਹੋ ਗਏ ਵੀ ਮੁੜੇ ਹੈ ਉਹਨਾਂ ਨੂੰ ਵੀ ਇਹ ਸਮਝ ਪਈ ਹੈ ਇਸ ਪ੍ਰਕਾਰ ਗੁਰ ਕੇ ਸ਼ਬਦ ਸ਼ਬਦ ਸੁਣੇ ਤਾਂ ਦੂਰੋਂ ਭੱਗ ਸੁਣ ਕੇ ਦੂਰੋਂ ਭੱਜ ਜਾਂਦਾ ਹੈ ਮਤ ਮਾਰੇ ਹਰ ਜੀਉ ਬੇਪਰਵਾਹ ਬੇਪਰਵਾਹ ਅਕਾਲ ਪੁਰਖ ਮਾਰ ਹੀ ਨਾ ਦੇਵੇ ਸਾਡਾ ਹੀ ਨਾ ਨਾਸ ਕਰ ਦੇਵੇ ਹਰ ਜੀਉ ਕੀ ਹੈ ਸਭ ਸਿਰ ਕਾਰ ਇਹ ਹਰੀ ਅਕਾਲ ਪੁਰਖ ਦੀ ਸਾਰਿਆਂ ਦੇ ਸਿਰ ਦੇ ਉੱਤੇ ਕਾਰ ਹੁਕਮ ਹੈ ਉਸੇ ਦੀ ਪਰ ਜਾਣਾ ਸਾਰੀ ਜਿੰਨੀ ਸ੍ਰਿਸ਼ਟੀ ਹੈ ਇਹੋ ਜਮ ਕਿਆ ਕਰੇ ਵਿਚਾਰਾ ਇਹ ਜਮ ਵਿਚਾਰਾ ਸ਼ੋਧਾ ਤੁੱਛ ਕੀ ਕਰ ਸਕਦਾ ਹੈ ਉਹਨਾਂ ਦੇ ਤਾਈ